ਗੀਤ ਦਾ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਉਹਨੂੰ ਪਿਆਰ ਨਾਲ ਤੁਸੀਂ ਕੀ ਬੁਲਾਉਂਦੇ ਹੁੰਦੇ ਸੀਗੇ? ਲਵੀ, ਤੁਹਾਡੇ ਲਈ ਉਹ ਲਵੀ ਹੈ, ਦੁਨੀਆ ਲਈ ਉਹ ਦਿਲਜੀਤ ਦੋਸਾਂਝ ਬਣ ਗਿਆ। ਹਾਂਜੀ ਹਾਂਜੀ। ਨਦੀਮ ਨੇ ਲਿਖਿਆ ਕਿ ਮੁਹੱਬਤ ਹਿਜਰ ਤੇ ਨਫ਼ਰਤ ਮਿਲ ਚੁੱਕੀ ਆ, ਮੈਂ ਤਕਰੀਬਨ ਮੁਕੰਮਲ ਹੋ ਚੁੱਕਾ। ਅਸੀਂ ਦਿਲਜੀਤ ਦੋਸਾਂਝ ਦੇ ਪਿੰਡ 'ਚ ਹਾਂ ਔਰ ਤਕਰੀਬਨ ਕੁਝ ਮੀਟਰ ਦੀ ਦੂਰੀ 'ਤੇ ਦਿਲਜੀਤ ਦਾ ਘਰ ਹੈ, ਇੱਥੋਂ ਚੁਬਾਰਾ ਵੇਖ ਸਕਦੇ ਹਾਂ ਅਸੀਂ। ਦਿਲਜੀਤ ਨੇ ਆਪਣਾ, ਆਪਣੇ ਪਰਿਵਾਰ ਦਾ ਅਤੇ ਸਭ ਤੋਂ ਜ਼ਰੂਰੀ ਆਪਣੇ ਪਿੰਡ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਚਮਕਾਇਆ। ਇਹ ਕਿੰਨਾ ਦਾ ਮਕਾਨ ਹੈ? ਕਿਹਦਾ? ਦਿਲਜੀਤ ਦੋਸਾਂਝ ਦਾ। ਕਿੰਨਾ ਕੁ ਮਾਣ ਮਹਿਸੂਸ ਹੁੰਦਾ ਹੈਗਾ ਜਦੋਂ ਤੁਸੀਂ ਦੇਖਦੇ ਹੈਗੇ ਹੋ ਕਿ ਦਿਲਜੀਤ ਦੇ ਨਾਮ ਦੇ ਮਗਰ ਦੋਸਾਂਝ ਲੱਗਦਾ ਔਰ ਤੁਹਾਡੇ ਪਿੰਡ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਹੈ ਜੀ? ਅਸੀਂ ਇਸ ਮਤਲਬ ਇਹ, ਅਸੀਂ ਇਹਨੂੰ ਬਿਆਨ ਹੀ ਨਹੀਂ ਕਰ ਸਕਦੇ ਜਿੰਨਾ ਸਾਨੂੰ ਮਾਣ ਹੁੰਦਾ ਉਹਦੇ ਨਾਂ 'ਤੇ। ਸਾਡੇ ਪਿੰਡ ਦਾ ਨਾਂ ਬਹੁਤ ਮਸ਼ਹੂਰ ਹੋ ਗਿਆ ਅਤੇ ਜਦੋਂ ਮੇਰਾ ਪਾਸਪੋਰਟ ਦੇਖਿਆ ਅਤੇ ਉਹਨਾਂ ਨੇ ਕਿਹਾ ਕਿ ਉਹ ਦੋਸਾਂਝ ਪੜ੍ਹ ਕੇ ਅਤੇ ਉਹ ਕਹਿਣ ਲੱਗ ਪਿਆ ਦਿਲਜੀਤ ਦੋਸਾਂਝ, ਦਿਲਜੀਤ ਦੋਸਾਂਝ, ਅਤੇ ਮੈਂ ਵੀ ਹੱਸ ਕੇ ਉਹਨਾਂ ਨੂੰ ਆਖਿਆ ਕਿ ਉਹ ਮੇਰਾ ਭਤੀਜਾ ਆ। ਉਹਨਾਂ ਦੇ ਫਾਦਰ ਸਾਹਿਬ ਨਾਲ ਅਕਸਰ ਤੁਹਾਡੀ ਵਟਸਐਪ 'ਤੇ ਕੋਈ ਉਹ ਚੀਜ਼ ਭੇਜ ਦਿੰਦੇ ਹੈਗੇ ਆ, ਉਹਨਾਂ ਦਾ ਸਟੇਟਸ ਵੀ ਦਿਖਾ ਰਹੇ ਤੇ ਵੀਡੀਓ, ਜਿੱਦਾਂ ਦੇ ਵੀ ਕਦੇ ਵੀ ਫਿਲਮ ਕੋਈ ਹੁੰਦੀ ਉਹਨਾਂ ਕੋਲ ਉਹ ਮੈਨੂੰ ਪਾਉਂਦੇ ਹੈਗੇ ਆ, ਤਾਂ ਬੜਾ ਦੇਖ ਕੇ ਮਨ ਖੁਸ਼ ਹੁੰਦਾ। ਜੀਤ ਸਾਂਝ ਹੈ, ਇਹਦੇ ਨਾਨਕੇ ਵੀ ਬਹਿ ਗਏ ਆ ਅਤੇ ਮੈਂ ਬਿਲ ਕੇ ਬਿਆਂ, ਅਤੇ ਉਹਨਾਂ ਦੇ ਘਰਾਂ ਵਿੱਚੋਂ ਜਿਹੜੀ ਹੈਗੀ ਆਪਣੇ ਮੇਰੀ ਵਾਈਫ ਆ ਤਾਂ ਉਹਦੀ ਮਦਰ ਆ, ਤਾਂ ਇੱਕ ਦੂਜੇ ਨੂੰ ਜਾਣਦੀਆਂ, ਦਿਨ ਸੌ ਉੱਤੇ ਵੀ ਆਉਂਦੀਆਂ ਹੈਗੀਆਂ ਇਕੱਠੇ। ਇਹ ਤੰਦਰ ਜੋ ਦੋਸਾਂਝ ਕਹੀਦਾ ਤਾਂ ਹੈਗਾ, ਤਾਂ ਉਹ ਸਾਰੇ ਗੋਰੇ ਵੀ ਤਾਂ ਗੁਜਰਾਤੀ ਵੀ, ਉਹ ਵੀ ਕਹਿੰਦੇ ਹੈਗੇ ਕਿ ਸਾਨੂੰ ਕਰਦੇ ਵੀ ਦੋਸਾਂਝ ਆ ਗਿਆ, ਦੋਸਾਂਝ ਆ ਗਿਆ। ਵੈਰੀ ਵੈਰੀ ਪ੍ਰਾਊਡ ਆਫ ਹਿਮ, ਜਿੱਦਾਂ ਕਿ ਕਿਤੇ ਵੀ ਇਕੱਠੇ ਹੁੰਦੇ ਹੈਗੇ ਹਾਂ ਤਾਂ ਉਹਨੂੰ ਬਹੁਤ ਮਾਣ ਮਿਲਦਾ ਦਿਲਜੀਤ ਦੋਸਾਂਝ ਦੇ ਪਿਤਾ ਹੋਣ ਦਾ। ਤਾਂ ਹੁਣ ਜਦੋਂ ਉਹ ਕਿਤੇ ਫੰਕਸ਼ਨ 'ਤੇ ਜਾਂਦੇ ਹਾਂ ਤਾਂ ਉਹਨੂੰ ਸਾਰੇ ਉੱਠ ਕੇ ਖੜ੍ਹੇ ਹੋ ਕੇ ਸਲਾਮ ਕਰਦੇ ਹੈਗੇ ਆ। ਸਾਡਾ ਤਾਂ ਨਾਮ ਹੀ ਦਿਲਜੀਤ ਦੋਸਾਂਝ ਆ, ਤੁਹਾਨੂੰ ਤਾਂ ਬੜਾ ਅਲੱਗ ਹੀ ਟ੍ਰੀਟਮੈਂਟ ਮਿਲਦਾ ਹੋਏਗਾ। ਸ਼ੁਕਰ ਵਾਲੀ ਗੱਲ ਹੋਰ ਵੀ ਆ, ਸਾਡੇ ਉੱਥੇ ਇੰਗਲੈਂਡ ਦੇ ਵਿੱਚ ਰੇਡੀਓ ਸ਼ੋਅ ਚੱਲਦਾ ਸੀਗਾ ਅਤੇ ਪੈਸੇ ਮੈਂ ਫੋਨ ਕੀਤਾ ਉਹਨਾਂ ਨੂੰ ਅਤੇ ਮੈਨੂੰ ਕਹਿੰਦੇ ਤੁਹਾਡਾ ਨਾਂ ਕੀ ਆ? ਮੈਂ ਕਿਹਾ ਦਿਲਜੀਤ ਦੋਸਾਂਝ ਆ। ਬੜੇ ਹੈਰਾਨ ਹੋ ਗਏ, ਤਾਂ ਮੈਨੂੰ ਇਨਸਿਸਟ ਕਰਨ ਤੂੰ ਗਾਣਾ ਗਾ, ਮੈਂ ਕਿਹਾ ਮੈਂ ਦਿਲਜੀਤ ਨਹੀਂ ਦਲਜੀਤ ਹਾਂ। ਅਤੇ ਵੈਰੀ ਨਾਈਸ ਗਾ। ਲੋਕ ਆਪਣੇ ਬੱਚਿਆਂ ਨੂੰ ਕਹਿੰਦੇ ਹੀ ਹੋਣਗੇ ਕਿ ਯਾਰ ਉਹਦੇ ਵਰਗੇ ਬਣੋ, ਉਹਦੀ ਤਰ੍ਹਾਂ ਤੁਸੀਂ ਮਿਹਨਤ ਕਰੋ। ਖਿਆਲ ਆ ਕਿ ਹਰ ਬੱਚਾ ਹੀ ਚਾਹੁੰਦਾ ਉਹਦੇ ਵਾਂਗੂ ਬਣੀਏ। ਮਾਪਿਆਂ ਨੂੰ ਤਾਂ ਨਹੀਂ ਮੇਰਾ ਖਿਆਲ ਕਹਿਣ ਦੀ ਲੋੜ ਪੈਂਦੀ। ਤੁਹਾਡੇ ਜਿਹੜਾ ਪਿੰਡ ਦੇ ਵਿੱਚ ਕੋਈ ਵੀ ਵਧੀਆ ਬੰਦਾ ਆ ਅਤੇ ਬੱਚੇ ਆਪੇ ਉਹਨੂੰ ਫੋਲੋ ਕਰਦੇ, ਰੋਲ ਮਾਡਲ ਬਣ ਜਾਂਦਾ, ਹਰ ਇੱਕ ਦੀ ਫਿਰ ਡ੍ਰੀਮ ਹੁੰਦਾ ਕਿ ਮੈਂ ਵੀ ਇੱਦਾਂ ਦਾ ਬਣਾ, ਪਾਪੂਲਰ ਹੋਵਾਂ। ਬਾਹਰੋਂ ਆਏ ਤੁਸੀਂ? ਹਾਂਜੀ, ਮੈਂ ਫਰਾਂਸ ਤੋਂ ਆਇਆ। ਫਰਾਂਸ ਤੋਂ ਆਏ? ਇਹ ਤੁਹਾਡੇ ਮਾਮਾ ਜੀ ਬੈਠੇ ਨਾਲ? ਮਾਮਾ ਜੀ ਕਿੱਥੇ? ਜਲੰਧਰ ਰਹਿੰਦੇ? ਨੂਰ ਮਹਿਲ ਇੱਥੇ ਦੋਸਾਂਝ ਚਲਾਈ ਦਾ ਦੋਸਾਂਝ ਸਾਂਝ ਗੱਲਾਂ, ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ? ਹਾਂਜੀ। ਅੱਛਾ, ਤਾਂ ਤੁਸੀਂ ਆਪਣੇ ਭਾਣਜੇ ਨੂੰ ਇੱਥੇ ਆ ਦਿਖਾਉਣ ਆਏ ਹੋ ਕਿ ਇਹ ਦਿਲਜੀਤ ਦਾ ਪੁਰਾਣਾ ਘਰ ਹੈ? ਕਾਲ ਕਰਦੇ ਨੇ, ਇਹਨੂੰ ਪੁੱਛਦੇ ਰਹਿੰਦੇ ਆ ਕਿ ਦਿਲਜੀਤ ਨੂੰ ਮਿਲਾ ਸਕਦਾ। ਮੈਂ ਮਿਲਾ ਤਾਂ ਨਹੀਂ ਸਕਦਾ, ਤੈਨੂੰ ਘਰ ਦਿਖਾ ਦਾਂਗਾ, ਹੈ ਨਾ? ਅੱਛਾ, ਮਿਲਾ ਨਹੀਂ ਸਕਦਾ, ਘਰ ਦਿਖਾ ਦਾਂਗਾ। ਇਹਦੇ 'ਚ ਸੰਤੁਸ਼ਟੀ ਹੈਗੀ ਘਰ ਵੇਖਣ 'ਚ? ਹਾਂਜੀ, ਵਧੀਆ, ਫਿਰ ਮੈਂ ਫੈਨ ਹਾਂ ਇਹਨਾਂ ਦੇ, ਗਾਣੇ ਸੁਣਦੇ ਹਾਂ। ਮੈਂ ਬਣਾਉਣੀ ਸੀਗੀ ਹਲੇ ਸਨੈਪਚੈਟ। ਸਨੈਪਚੈਟ ਬਣਾ ਰਹੇ? ਚਲੋ ਬਣਾਓ। ਫਰਾਂਸ 'ਚ ਕੀ ਕੰਮ ਕਰਦੇ ਤੁਸੀਂ? ਮੈਂ ਭਾਜੀ ਇਲੈਕਟ੍ਰੀਸ਼ੀਅਨ। ਇਹ ਤੁਸੀਂ ਹੁਣ ਸਨੈਪਚੈਟ ਬਣਾ ਰਹੇ ਹੋ? ਦਿਲਜੀਤ ਸਰਾਂ ਦੇ ਪਿੰਡ ਦੀ, ਉਹਨਾਂ ਦਾ ਘਰ ਆ ਪੁਰਾਣਾ, ਦਿਲਜੀਤ ਦੋਸਾਂਝ ਜੀ ਦਾ। ਕਿ ਜਦੋਂ ਦਿਲਜੀਤ ਇੱਥੇ ਆਉਂਦੇ ਆ ਤਾਂ ਜੇ ਖਬਰ ਫੈਲ ਜੇ ਤਾਂ ਫਿਰ ਉਸ ਤੋਂ ਬਾਅਦ ਇੱਥੇ ਮਾਹੌਲ ਕੀ ਬਣ ਜਾਂਦਾ ਜੀ? ਬਹੁਤ ਜ਼ਿਆਦਾ ਰੱਚ ਪੈਂਦਾ। ਨਾਲ ਦੀ ਪਲਾਟ ਦੇ ਵਿੱਚ ਲੋਹੜੀ ਮਨਾਈ ਸੀਗੀ ਜੀ? ਹਾਂ, ਲੋਹੜੀ ਇੱਥੇ ਮਨਾਈ ਸੀ। ਕਿੰਨੀ ਲੋਹੜੀ ਸੀਗੀ? ਦਿਲਜੀਤ ਲਵੀ ਦੀ, ਲਵੀ ਦਾ ਜਨਮ, ਲਵੀ ਦਿਲਜੀਤ ਦਾ ਜਨਮ ਹੋਇਆ ਦਿਲਜੀਤ ਦੋਸਾਂਝ ਦਾ, ਉਦੋਂ ਤੁਸੀਂ ਲੋਹੜੀ ਮਨਾਈ ਸੀ, ਇੱਥੇ ਮਨਾਈ ਸੀ? ਹਾਂਜੀ। ਤੁਹਾਡੇ ਨਾਲ ਨਾਸ਼ਤਾ ਵੰਡੀ ਆ ਭੂਆ ਜੀ, ਉਹਨਾਂ ਦੇ ਘਰ ਜ਼ਿਆਦਾ ਰਹਿੰਦਾ ਸੀ ਅਤੇ ਸ਼ੱਕਰ ਜ਼ਿਆਦਾ ਖਾਂਦਾ ਸੀ, ਚਟਣੀ ਜ਼ਿਆਦਾ ਖਾਂਦਾ ਹੁੰਦਾ ਸੀ। ਨਦੀਮ ਨੇ ਲਿਖਿਆ ਕਿ ਮੁਹੱਬਤ ਹਿਜਰ ਅਤੇ ਨਫ਼ਰਤ ਮਿਲ ਚੁੱਕੀ ਆ, ਮੈਂ ਤਕਰੀਬਨ ਮੁਕੰਮਲ ਹੋ ਚੁੱਕਾ। ਅਸੀਂ ਦਿਲਜੀਤ ਦੋਸਾਂਝ ਦੇ ਪਿੰਡ 'ਚ ਹਾਂ ਔਰ ਤਕਰੀਬਨ ਕੁਝ ਮੀਟਰ ਦੀ ਦੂਰੀ 'ਤੇ ਦਿਲਜੀਤ ਦਾ ਘਰ ਹੈ, ਇੱਥੋਂ ਚੁਬਾਰਾ ਵੇਖ ਸਕਦੇ ਹਾਂ ਅਸੀਂ। ਦਿਲਜੀਤ ਨੇ ਆਪਣਾ, ਆਪਣੇ ਪਰਿਵਾਰ ਦਾ ਅਤੇ ਸਭ ਤੋਂ ਜ਼ਰੂਰੀ ਆਪਣੇ ਪਿੰਡ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਚਮਕਾਇਆ।
ਇਹਨਾਂ ਦਿਨਾਂ ਦੇ ਵਿੱਚ ਦਿਲਜੀਤ ਦੀਆਂ ਬਹੁਤ ਸਾਰੀਆਂ ਵੀਡੀਓਜ਼ ਤੁਸੀਂ ਵੇਖੀਆਂ ਹੋਣੀਆਂ, ਭਾਵੇਂ ਉਹ ਅੰਬਾਨੀ ਸਾਹਿਬ ਦੇ ਵਿਆਹ ਦੀਆਂ, ਅਨੰਤ ਅੰਬਾਨੀ ਦੇ ਵਿਆਹ ਦੀਆਂ ਪ੍ਰੀ ਵੈਡਿੰਗ ਦੀਆਂ ਵੀਡੀਓ ਸੀਗੀਆਂ, ਜਾਂ ਉਂਝ ਵੀ ਦਿਲਜੀਤ ਦੇ ਤੁਸੀਂ ਗੀਤ ਸੁਣਦੇ ਹੋ, ਜਾਂ ਉਹ ਖੁਦ ਵੀ ਵਲੋਗਿੰਗ ਕਰਦੇ ਆ, ਉਹ ਸਭ ਤਮਾਮ ਵੀਡੀਓਜ਼ ਤੁਸੀਂ ਦੇਖਦੇ ਹੋ, ਪਿਆਰ ਵੀ ਬੇਸ਼ੁਮਾਰ ਕਰਦੇ ਹੋ। ਅਸੀਂ ਲੰਘਦੇ ਪਏ ਸੀਗੇ, ਅਸੀਂ ਸੋਚਿਆ ਕਿ ਉਹਨਾਂ ਦੁਸਾਂਝ ਕਲਾਂ ਤੋਂ ਹੁੰਦੇ ਹੋਏ ਜਾਈਏ ਅਤੇ ਲੋਕਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰੀਏ ਜਿਨ੍ਹਾਂ ਨੇ ਦਿਲਜੀਤ ਦਾ ਬਚਪਨ ਵੇਖਿਆ। ਤੁਹਾਡੇ ਲਈ ਦਿਲਜੀਤ ਦੁਸਾਂਝ, ਦਿਲਜੀਤ ਦੁਸਾਂਝ ਹੈ, ਇਹਨਾਂ ਦੇ ਲਈ ਉਹ ਹਾਲੇ ਵੀ ਇਹਨਾਂ ਦਾ ਲਵੀ ਹੈ, ਇਹਨਾਂ ਦੇ ਘਰ ਆਉਣਾ ਜਾਣਾ, ਔਰ ਕੀ ਗੱਲਾਂ ਨੇ ਦਿਲਜੀਤ ਦੀਆਂ ਉਹ ਸਭ ਜਾਣਨ ਦੀ ਕੋਸ਼ਿਸ਼ ਕਰਾਂਗੇ। ਬੇਬੇ ਬਾਪੂ ਜੀ ਮੇਰੇ ਨਾਲ ਨੇ। ਬੇਬੇ ਜੀ, ਦਿਲਜੀਤ ਦਾ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਉਹਨੂੰ ਪਿਆਰ ਨਾਲ ਤੁਸੀਂ ਕੀ ਬੁਲਾਉਂਦੇ ਹੁੰਦੇ ਸੀਗੇ? ਲਵੀ। ਤੁਹਾਡੇ ਲਈ ਉਹ ਲਵੀ ਹੈ, ਦੁਨੀਆ ਲਈ ਉਹ ਦਿਲਜੀਤ ਦੁਸਾਂਝ ਬਣ ਗਿਆ। ਹਾਂਜੀ ਹਾਂਜੀ। ਅੱਛਾ, ਜਦੋਂ ਤੁਹਾਨੂੰ ਮਿਲਦਾ ਦਿਲਜੀਤ ਇੱਥੇ ਆਉਂਦਾ ਹੋਏਗਾ, ਕਿੰਨਾ ਪੁਰਾਣਾ, ਕਿੰਨਾ ਕਦੋਂ ਆਇਆ ਸੀਗਾ ਅਖੀਰਲੀ ਵਾਰੀ? ਥੋੜ੍ਹਾ ਹੀ ਚਿਰ ਹੋਇਆ, ਜਿੱਦਾਂ 6 ਮਹੀਨੇ ਹਜੇ ਆਇਆ ਸੀ। ਔਰ ਜਦੋਂ ਆਉਂਦੇ ਆ, ਮਤਲਬ ਤੁਹਾਡੇ ਪਰਿਵਾਰ ਦੇ ਨਾਲ ਮੁਲਾਕਾਤ ਹੁੰਦੀ ਹੁੰਦੀ ਹੈ ਜੀ? ਸਾਰੇ ਪਿੰਡ ਨਾਲ ਹੀ ਕਰਤਾ ਹੈ ਮੁਲਾਕਾਤ। ਅੱਛਾ, ਇੱਥੇ ਐਂ ਵੀ ਹੁੰਦਾ ਹੈਗਾ ਕਿ ਜਦੋਂ ਦਿਲਜੀਤ ਇੱਥੇ ਆਉਂਦੇ ਆ ਤਾਂ ਜੇ ਖਬਰ ਫੈਲ ਜੇ ਤਾਂ ਫਿਰ ਉਸ ਤੋਂ ਬਾਅਦ ਇੱਥੇ ਮਾਹੌਲ ਕੀ ਬਣ ਜਾਂਦਾ ਜੀ? ਬਹੁਤ ਜ਼ਿਆਦਾ ਰੱਚ ਪੈਂਦਾ। ਤੁਹਾਨੂੰ ਮਤਲਬ ਇਸ ਗੱਲ ਦਾ ਅੰਦਾਜ਼ਾ ਹੈਗਾ ਕਿ ਦਿਲਜੀਤ ਦੇ ਨਾਮ ਦੇ ਨਾਲ ਦੁਸਾਂਝ ਲੱਗਦਾ, ਔਰ ਤੁਹਾਡੇ ਪਿੰਡ ਦਾ ਨਾਮ ਦੁਸਾਂਝ ਕਲਾਂ, ਔਰ ਤੁਹਾਡੇ ਪਿੰਡ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਦਿਲਜੀਤ ਕਰਕੇ ਘੁੰਮ ਗਿਆ? ਬਹੁਤ ਖੁਸ਼ੀ ਆ ਸਾਨੂੰ। ਕਿਸ ਤਰੀਕੇ ਦਾ ਤੁਹਾਡੇ ਨਾਲ ਮਤਲਬ ਕਿ ਉਹਨਾਂ ਦਾ ਤੁਹਾਡੇ ਘਰ ਆਉਂਦੇ ਹੈਗੇ? ਮੈਂ ਤਸਵੀਰਾਂ ਵੀ ਵੇਖ ਰਿਹਾ ਸੀਗਾ ਪੁਰਾਣੀਆਂ ਤੁਹਾਡੀਆਂ ਦਿਲਜੀਤ ਦੇ ਨਾਲ, ਅਤੇ ਕਿੱਦਾਂ ਦੀਆਂ ਗੱਲਾਂ ਹੁੰਦੀਆਂ ਜਦੋਂ ਦਿਲਜੀਤ ਨੂੰ ਮਿਲਦੇ ਹੋ ਜੀ ਤੁਸੀਂ? ਗੱਲਾਂ ਉਹ ਬਚਪਨ ਦੀਆਂ ਚੇਤੇ ਆ ਜਾਂਦੀਆਂ ਆ। ਸਾਡੇ ਨਾਲ ਵੀ ਸਾਂਝੀ ਕਰੋ ਜੀ ਬਚਪਨ ਦੀ ਕੋਈ ਇਹੋ ਜਿਹੀ ਯਾਦ ਦਿਲਜੀਤ ਦੇ ਨਾਲ ਤੁਹਾਡੀ, ਜਾਂ ਦਿਲਜੀਤ ਦੀ ਕੋਈ ਇਹੋ ਜਿਹੀ ਯਾਦ ਹੋਵੇ। ਜਿੱਦਾਂ ਇਹੋ ਜਿਹੀ ਤਾਂ ਨਹੀਂ ਕੋਈ ਚੇਤੇ ਆਉਂਦੀ ਇਸ ਵੇਲੇ। ਉਦਾਂ ਬਚਪਨ ਸਾਡੇ ਘਰ ਉਹਨੂੰ ਗੁਜ਼ਾਰਿਆ ਆ, ਖੇਡਣ ਆਉਂਦਾ ਹੁੰਦਾ ਸੀ ਸਕੂਲੋਂ ਆਣ ਕੇ, ਅਤੇ ਸਾਡੇ ਵਿੱਚ ਪਲਿਆ ਆ। ਜਿਵੇਂ ਸਾਰੇ ਲੋਕ ਕਹਿੰਦੇ ਹੈਗੇ ਆ ਕਿ ਸ਼ਰਮਾਕਲ ਜਿਹਾ ਸੀਗਾ, ਘੱਟ ਬੋਲਦਾ। ਹਾਂਜੀ ਹਾਂਜੀ, ਬਹੁਤ ਸੰਗਦਾ ਰਹਿੰਦਾ ਸੀਗਾ, ਥੋੜ੍ਹਾ ਬੋਲਦਾ ਸੀ ਛੋਟਾ ਹੁੰਦਾ। ਲੇਕਿਨ ਹੁਣ ਜਦੋਂ ਅਸੀਂ ਵੀਡੀਓ ਵੇਖਦੇ ਹਾਂ, ਹੁਣ ਤਾਂ ਉਹ ਸੰਗ ਹੈ ਨਹੀਂ ਗੇ, ਹੁਣ ਤਾਂ ਹੈ ਹੁਣ ਨਹੀਂ ਹੈਗੇ, ਹੁਣ ਨਹੀਂ ਹੈਗੇ, ਉਹ ਹੁਣ ਬਹੁਤ ਬਣ ਗਿਆ, ਐਕਟਰ ਬਣ ਗਿਆ ਤਾਂ ਠੀਕ ਹੈ। ਤੁਸੀਂ ਦੱਸ ਰਹੇ ਸੀ ਕਿ ਇੱਥੇ ਨਾਲ ਦੇ ਹੀ ਪਲਾਟ ਦੇ ਵਿੱਚ ਲੋਹੜੀ ਮਨਾਈ ਸੀਗੀ ਜੀ? ਹਾਂ, ਲੋਹੜੀ ਇੱਥੇ ਮਨਾਈ ਸੀ। ਕਿੰਦੀ ਲੋਹੜੀ ਸੀਗੀ? ਦਲਜੀਤ ਲਵੀ ਦੀ, ਲਵੀ ਦਾ ਜਨਮ। ਜਦੋਂ ਲਵੀ ਦਿਲਜੀਤ ਦਾ ਜਨਮ ਹੋਇਆ, ਦਿਲਜੀਤ ਦੁਸਾਂਝ ਦਾ, ਉਦੋਂ ਤੁਸੀਂ ਲੋਹੜੀ ਮਨਾਈ ਸੀ, ਇੱਥੇ ਮਨਾਈ ਸੀ? ਹਾਂਜੀ, ਲੋਹੜੀ ਮਨਾਈ ਸੀ ਉਦੋਂ। ਉਵੇਂ ਜ਼ਮੀਨ ਨਾਲ ਜੁੜੇ ਹੋਇਆ ਲੱਗਦਾ ਜੀ, ਜਦੋਂ ਮਿਲਦਾ ਹੈਗਾ, ਮੁਲਾਕਾਤ ਹੁੰਦੀ ਆ, ਮਿਲਣਸਾਰ ਹੈ? ਹਾਂਜੀ, ਬਹੁਤ ਪੁਰਾਣੀਆਂ ਗੱਲਾਂ ਚੇਤੇ ਰੱਖਦਾ, ਮਿਲਦਾ ਆ ਸਾਨੂੰ। ਕਿਹੜੀ ਕਿਹੜੀ ਗੱਲ ਯਾਦ ਰਹਿੰਦੀ? ਤੁਹਾਡੇ ਕੋਲ ਖਾਂਦਾ ਪੀਂਦਾ ਵੀ ਹੈਗਾ ਇੱਥੇ? ਚੁੱਲ੍ਹੇ ਦੀ ਰੋਟੀ ਬਹਿ ਕੇ, ਮਤਲਬ ਕਿ ਉਹਨੇ ਕਦੀ ਤੁਹਾਡੇ ਨਾਲ ਨਾਸ਼ਤਾ? ਗੁਆਂਢੀ ਆ ਭੂਆ ਜੀ, ਉਹਨਾਂ ਦੇ ਘਰ ਜ਼ਿਆਦਾ ਰਹਿੰਦਾ ਸੀ, ਅਤੇ ਸ਼ੱਕਰ ਜ਼ਿਆਦਾ ਖਾਂਦਾ ਸੀ, ਚਟਣੀ ਜ਼ਿਆਦਾ ਖਾਂਦਾ ਹੁੰਦਾ ਸੀ ਭੂਆ ਜੀ। ਉਹਨਾਂ ਦੇ ਨਾਲ ਹੀ ਜਿੱਦਾਂ ਜ਼ਿਆਦਾ ਰਹਿੰਦੇ ਹੁੰਦੇ ਸੀ, ਉਹ ਅਮੈਰੀਕਾ ਗਏ ਉਹ ਹੁਣ, ਅਤੇ ਹਜੇ ਵੀ ਜਦ ਆਉਂਦਾ ਉਹਨਾਂ ਦੇ ਚੁਬਾਰੇ 'ਤੇ ਜ਼ਰੂਰ ਚੜ੍ਹਦਾ, ਮਿਲਦਾ ਉਹਨਾਂ ਨੂੰ। ਕਦੀ ਮਤਲਬ ਕਿ ਬਚਪਨ 'ਚ ਤੁਸੀਂ ਜਦੋਂ ਤੁਸੀਂ ਮਿਲਦੇ ਸੀਗੇ ਜਾਂ ਤੁਹਾਡੇ ਨਾਲ ਰਹਿੰਦਾ ਸੀਗਾ ਦਿਲਜੀਤ, ਕਦੀ ਇਹ ਸੋਚਿਆ ਸੀਗਾ ਕਿ ਵੀ ਇੱਕ ਦਿਨ ਇਹੋ ਜਿਹਾ ਆਏਗਾ ਕਿ ਦਿਲਜੀਤ, ਮਤਲਬ ਦਿਲਜੀਤ ਦਿਲਜੀਤ ਹੋ ਜਾਏਗੀ ਪੂਰੀ ਦੁਨੀਆ ਦੇ ਵਿੱਚ, ਵੱਡੇ ਵੱਡੇ ਕਲਾਕਾਰ, ਵੱਡੇ ਵੱਡੇ ਸਿਤਾਰੇ, ਉਹਨਾਂ ਦੀਆਂ ਮਹਿਫਲਾਂ ਦੇ ਵਿੱਚ ਦਿਲਜੀਤ ਦਾ ਉੱਠਣਾ ਬੈਠਣਾ ਹੋਏ? ਕਦੀ ਸੋਚਿਆ ਸੀਗਾ ਤੁਸੀਂ ਦੋਵਾਂ ਨੇ, ਜਾਂ ਕਦੀ ਕੁਛ ਸੋਚਿਆ ਸੀਗਾ ਕਿ ਹਾਂ ਵੀ ਇਹ ਬੱਚਾ ਬਹੁਤ ਅੱਗੇ ਤੱਕ ਜਾਏਗਾ? ਨਹੀਂ ਨਹੀਂ, ਪਹਿਲਾਂ ਤਾਂ ਨਹੀਂ ਸੀ ਸੋਚਿਆ, ਪਹਿਲਾਂ ਤਾਂ ਪਿੰਡ 'ਚ ਹੀ ਰਹਿੰਦਾ ਸੀ, ਫਿਰ ਹੌਲੀ ਹੌਲੀ ਸ਼ਹਿਰ ਚਲਾ ਗਿਆ, ਪਰਮਾਤਮਾ ਨੇ ਤਰੱਕੀ ਦੇ ਦਿੱਤੀ। ਬਾਪੂ ਜੀ ਇੱਕ ਚੀਜ਼ ਦੱਸੋ, ਜਿਵੇਂ ਕੋਈ ਸਾਡਾ ਖਾਸ ਜਦੋਂ ਬਹੁਤ ਅੱਗੇ ਚੱਲ ਜਾਂਦਾ ਹੈਗਾ, ਕਈ ਵਾਰੀ ਲੋੜ ਪੈ ਜਾਂਦੀ ਹੈ ਬੁਰੇ ਸਮੇਂ ਦੇ ਵਿੱਚ, ਕਦੀ ਤੁਹਾਨੂੰ ਲੱਗਦਾ ਮਤਲਬ ਕਿ ਕੋਈ ਇਹੋ ਜਿਹਾ ਸਮਾਂ ਆਇਆ ਹੋਵੇ ਔਰ ਤੁਸੀਂ ਕਿਹਾ ਹੋਵੇ ਕਿ ਦਿਲਜੀਤ ਨੂੰ ਕਹਿੰਦੇ ਹਾਂ ਸਾਡੇ ਨਾਲ ਖੜਾ ਹੋਏਗਾ, ਕਿ ਕੋਈ ਇਹੋ ਜਿਹਾ ਕੁਛ ਹੈਗਾ ਯਾਦ? ਨਾ, ਇਹਦੇ ਕਦੇ ਲੋੜ ਹੀ ਨਹੀਂ ਇੱਦਾਂ ਪਈ, ਨਾ ਲੋੜ ਪਵੇ, ਇਹ ਤਾਂ ਹੀ ਆ ਵੀ ਜੇ ਕੋਈ ਲੋੜ ਪਵੇ ਤਾਂ ਅਸੀਂ ਪਿੰਡ ਜਾ ਆਪਸ ਰਹਿੰਦੇ, ਸਾਰੇ ਹੈਗੇ ਹਾਂ ਇੱਕ ਦੂਜੇ ਤੋਂ। ਉੱਦਾਂ ਵੈਸੇ ਦਿਲਜੀਤ ਇੱਥੇ ਪਿੰਡ ਦੇ ਆਲੇ ਦੁਆਲੇ ਲੋਕਾਂ ਦੀ, ਮਤਲਬ ਜਿਵੇਂ ਉਹਨੇ ਕਿਸਾਨੀ ਅੰਦੋਲਨ 'ਚ ਤੁਸੀਂ ਦੱਸ ਰਹੇ ਸੀ, ਲੋਕਾਂ ਦੀ ਮਦਦ ਕਰਦਾ ਰਹਿੰਦਾ ਇੱਥੇ?
ਵੀ ਆਪਾਂ ਇੱਦਾਂ ਕਰਕੇ ਕਿਹਾ ਨਾ ਉਹਨੂੰ ਕਿਸੇ ਨੇ ਕਿਹਾ ਵੀ ਕਰ ਉਹ ਆਪਣੇ ਵੱਲੋਂ ਕਰ ਲੈਂਦਾ ਕਿਸੇ ਨੂੰ ਜਿੱਦਾਂ ਕਦੋਂ ਹੁਣ ਕਿਸਾਨੀ ਅੰਦੋਲਨ ਉਦੋਂ ਦੇ ਕੇ ਗਿਆ ਪਿਆ ਸੀ ਅਸੀਂ ਉਦੋਂ ਉੱਥੇ ਦਿੱਲੀ ਸੀ ਕਿਸਾਨੀ ਅੰਦੋਲਨ 'ਚ ਤੁਹਾਡੇ ਬੱਚਿਆਂ ਨਾਲ ਵੀ ਬੜਾ ਸੀਗਾ ਜੀ ਮਤਲਬ ਕਿ ਹਾਲੇ ਵੀ ਤੁਸੀਂ ਕਹਿ ਰਹੇ 6 ਮਹੀਨੇ ਪਹਿਲੇ ਆਏ ਸੀ ਤੁਹਾਨੂੰ ਮਿਲ ਕੇ ਵੀ ਗਿਆ ਇੱਥੇ ਮੈਂ ਤਾਂ ਨਹੀਂ ਮਿਲਿਆ ਉਸ ਦਿਨ ਤੁਸੀਂ ਨਹੀਂ ਸੀਗੇ ਮਤਲਬ ਤੁਸੀਂ ਸੀਗੇ ਇੱਥੇ ਹਾਂਜੀ ਕਿੰਨੀ ਦੇਰ ਬੈਠੇ ਤੁਹਾਡੇ ਕੋਲ ਜੀ ਦਲਜੀਤ ਦਸਾਂ ਇਕੱਠੇ ਹੀ ਸਾਰੇ ਬੀਹੀ ਦੇ ਹੋਏ ਹੋ ਸੀਗੇ ਹਾਂ ਸਾਨੂੰ ਸਾਰਿਆਂ ਨੂੰ ਮਿਲ ਕੇ ਜਿੱਦਾਂ ਕੀ ਖਾਣਾ ਪਸੰਦ ਕਰਦਾ ਜਦੋਂ ਘਰੇ ਆਉਂਦਾ ਜੀ ਇੱਥੇ ਦਲਜੀਤ ਅਸੀਂ ਉਹਦੀਆਂ ਵੀਡੀਓਜ਼ ਵੇਖਦੇ ਹਾਂ ਤਾਂ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਖਾਣ ਜੋਗਾ ਤਾਂ ਖਾਣ ਜੋਗਾ ਟਾਈਮ ਨਹੀਂ ਹੁੰਦਾ ਨਹੀਂ ਨਹੀਂ ਇੱਕ ਵਾਰੀ ਜਿੱਦਾਂ ਜ਼ਿਆਦਾ ਮਿਲਿਆ ਆਇਆ ਸੀਗਾ ਤਾਂ ਉਹ ਨਹੀਂ ਇੰਨਾ ਨਹੀਂ ਟਾਈਮ ਹੀ ਬਹੁਤ ਘੱਟ ਹੁੰਦਾ ਉਹਦੇ ਕੋਲ ਤੁਹਾਡੇ ਪਿੰਡ ਦਾ ਬੱਚਾ ਬੱਚਾ ਹੁਣ ਦਲਜੀਤ ਨੂੰ ਜਾਣਦਾ ਜੀ ਸਾਰੇ ਜਾਣਦੇ ਆ ਟੂ ਜੈਡ ਹਾਂਜੀ ਜਾਣਦੇ ਸਾਰੇ ਵੀ ਕਦੋਂ ਤੱਕ ਪੜ੍ਹੇ ਆ ਜੀ ਦਲਜੀਤ ਦਸਾਂਝ ਇੱਥੇ ਪਾਸ ਕਰਕੇ ਗਿਆ ਮੈਂ ਕਰ ਪਲੱਸ 2 ਕਰ ਦੱਸ ਜੀ ਪੜ੍ਹਾਈ ਕਰਕੇ ਗਿਆ ਤਾਂ ਹੀ ਪੜਦਾ ਹੁੰਦਾ ਸੀਗਾ ਉਸ ਤੋਂ ਬਾਅਦ ਫੇਰ ਉਹ ਤੇ ਮਾਮੇ ਕੋਲ ਚਲੇ ਗਿਆ ਸੀਗਾ ਮਾਮਾ ਕੀਰਤਨ ਕਰਦਾ ਉਹਦੇ ਕੋਲ ਸਿੱਖਣ ਚਲੇ ਗਿਆ ਸੀਗਾ ਤਾਂ ਫੇਰ ਉੱਥੇ ਲੁਧਿਆਣੇ ਰਿਹਾ ਉਹ ਤੋਂ ਸਿੱਖਦਾ ਆਪਣੇ ਮਾਮੇ ਤੋਂ ਸਿੱਖਦਾ ਸੀ ਹੌਲੀ ਹੌਲੀ ਉਹ ਦਵਿੰਦਰ ਸਿੰਘ ਸੋਢੀ ਉਹਨਾਂ ਤੋਂ ਸਿੱਖਦਾ ਹੁੰਦਾ ਸੀ ਹੌਲੀ ਹੌਲੀ ਸਿੱਖਦਾ ਵੀ ਗਾਹਾਂ ਲੈਣ 'ਚ ਪੈ ਗਿਆ ਅੱਛਾ ਜਿਵੇਂ ਮੈਂ ਹੁਣ ਇਹ ਸਵਾਲ ਇਸ ਕਰਕੇ ਪੁੱਛਦਾ ਪਿਆ ਹੈਗਾ ਵਾਂ ਕਿਉਂਕਿ ਬਹੁਤ ਸਾਰੇ ਲੋਕ ਅਲੱਗ ਅਲੱਗ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਜਿਵੇਂ ਦਲਜੀਤ ਦਾ ਕਿੱਤਾ ਦਲਜੀਤ ਨੇ ਦਲਜੀਤ ਇੱਕ ਕਲਾਕਾਰ ਆ ਉਹਦਾ ਪੇਸ਼ਾ ਕਿ ਉਹਨੇ ਜਾਣਾ ਉਹਨੇ ਆਪਣੀ ਕਲਾਕਾਰੀ ਦਿਖਾਉਣੀ ਹੈ ਆਪਣੀ ਫਨਕਾਰੀ ਦਿਖਾਉਣੀ ਹੈ ਬਹੁਤ ਸਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਕਿ ਇਹ ਨਹੀਂ ਕਰਨਾ ਚਾਹੀਦਾ ਉਹ ਨਹੀਂ ਕਰਨਾ ਚਾਹੀਦਾ ਤੁਸੀਂ ਜਦੋਂ ਇਸ ਚੀਜ਼ ਨੂੰ ਸੁਣਦੇ ਹੋ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਜੀ ਮੈਂ ਇਸ ਗੱਲ ਕੋਈ ਗੱਲ ਨਹੀਂ ਕਰਦਾ ਮਤਲਬ ਉਹਨਾਂ ਦਾ ਕਿੱਤਾ ਤੁਸੀਂ ਵੀ ਇਸ ਚੀਜ਼ ਨੂੰ ਮੰਨਦੇ ਹੋ ਕਿੱਤਾ ਉਹਨਾਂ ਦਾ ਕਰ ਸਕਦਾ ਜੋ ਵੀ ਇਸੇ ਕਿੱਤੇ ਕਰਕੇ ਇਸੀ ਕਲਾਕਾਰੀ ਕਰਕੇ ਉਹਨਾਂ ਨੇ ਨਾਮ ਚਮਕਾਇਆ ਆਪਣਾ ਆਪਣੀ ਗੀਤਕਾਰੀ ਕਰਕੇ ਇਹੀ ਕਹੋਗੇ ਤੁਸੀਂ ਹਾਂਜੀ ਹਾਂਜੀ ਦੋਸਤੋ ਇਹ ਇਹਨਾਂ ਦਿਨਾਂ ਦੇ ਵਿੱਚ ਦਲਜੀਤ ਦਾ ਜ਼ਿਕਰ ਬਹੁਤ ਹੁੰਦਾ ਪਿਆ ਸੀਗਾ ਤਾਂ ਅਸੀਂ ਸੋਚਿਆ ਕਿ ਉਹਨਾਂ ਦਲਜੀਤ ਦੇ ਪਿੰਡ ਜਾ ਕੇ ਦਲਜੀਤ ਦਾ ਪੁਰਾਣਾ ਘਰ ਮਕਾਨ ਉਹ ਵੀ ਦਿਖਾਈਏ ਅਤੇ ਜੋ ਦਲਜੀਤ ਨੂੰ ਜਿਨ੍ਹਾਂ ਨੇ ਦਲਜੀਤ ਦਾ ਬਚਪਨ ਵੇਖਿਆ ਉਹਨਾਂ ਦੇ ਨਾਲ ਵੀ ਗੱਲਬਾਤ ਕਰੀਏ ਔਰ ਤੁਸੀਂ ਜਿਵੇਂ ਸੁਣਿਆ ਹੈਗਾ ਕਿ ਇਹ ਬੇਬੇ ਬਾਪੂ ਜੀ ਕਹਿੰਦੇ ਹੈਗੇ ਕਿ ਪੂਰੇ ਪਿੰਡ ਨੂੰ ਮਾਣ ਹੈ ਕਿ ਦਲਜੀਤ ਨੇ ਦੁਸਾਂਝ ਕਲਾਂ ਦਾ ਨਾਮ ਪੂਰੀ ਦੁਨੀਆਂ ਦੇ ਵਿੱਚ ਚਮਕਾਇਆ ਦੋਸਤੋ ਅਸੀਂ ਦਲਜੀਤ ਦੁਸਾਂਝ ਸਾਹਿਬ ਦੇ ਪਿੰਡ ਦੇ ਵਿੱਚ ਹਾਂ ਔਰ ਇਸ ਵਕਤ ਅਸੀਂ ਮਹਿੰਦਰ ਜੀ ਦੇ ਘਰੇ ਹਾਂ ਔਰ ਇੱਥੇ ਮਹਿਫਲ ਲੱਗੀ ਹੋਈ ਸੀਗੀ ਅਸੀਂ ਇੱਥੋਂ ਲੰਘਦੇ ਜਾ ਰਹੇ ਸੀਗੇ ਅਤੇ ਜਦੋਂ ਨੇਮ ਪਲੇਟ 'ਤੇ ਅਸੀਂ ਪੜ੍ਹਿਆ ਲਾਸਟ ਦੇ ਵਿੱਚ ਦਸਾਂਝ ਲਿਖਿਆ ਹੋਇਆ ਸੀਗਾ ਅਸੀਂ ਬੂਹਾ ਖੜਕਾ ਕੇ ਅੰਦਰ ਆਏ ਇਜਾਜ਼ਤ ਮੰਗੀ ਬੈਠ ਗਏ ਨਾਲ ਔਰ ਦਲਜੀਤ ਦਸਾਂਝ ਬਾਰੇ ਅਸੀਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਹਰ ਸ਼ਖਸ ਦਾ ਪਿੰਡ ਦੇ ਵਿੱਚ ਦਲਜੀਤ ਦੇ ਨਾਲ ਕੋਈ ਨਾ ਕੋਈ ਕਿੱਸਾ ਜੁੜਿਆ ਹੋਇਆ ਇਹ ਪਰਮਜੀਤ ਜੀ ਮੇਰੇ ਨਾਲ ਬੈਠੇ ਹੋਏ ਆ ਉਹਨਾਂ ਦੇ ਖੱਬੇ ਪਾਸੇ ਰੇਸ਼ਮ ਜੀ ਬੈਠੇ ਆ ਔਰ ਹੈਰਾਨੀ ਦੀ ਗੱਲ ਇਹ ਹੈਗੀ ਆ ਕਿ ਅਖੀਰ ਦੇ ਵਿੱਚ ਜੋ ਸ਼ਖਸ ਬੈਠੇ ਉਹਨਾਂ ਦਾ ਨਾਮ ਦਲਜੀਤ ਦਸਾਂਝ ਹੈ ਔਰ ਇਹਨਾਂ ਦੇ ਆਪਣੇ ਆਪਣੇ ਕਿੱਸੇ ਨੇ ਆਪਣੀ ਆਪਣੀਆਂ ਇਹਨਾਂ ਦੀਆਂ ਕਹਾਣੀਆਂ ਜੁੜੀਆਂ ਹੋਈਆਂ ਨੇ ਸਰ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਹੈਗਾ ਜਦੋਂ ਤੁਸੀਂ ਦੇਖਦੇ ਹੈਗੇ ਹੋ ਕਿ ਦਲਜੀਤ ਦੇ ਨਾਮ ਦੇ ਮਗਰ ਦਸਾਂਝ ਲੱਗਦਾ ਔਰ ਤੁਹਾਡੇ ਪਿੰਡ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਹੈ ਜੀ ਅਸੀਂ ਇਸ ਮਤਲਬ ਇਹ ਅਸੀਂ ਇਹਨੂੰ ਬਿਆਨ ਹੀ ਨਹੀਂ ਕਰ ਸਕਦੇ ਜਿੰਨਾ ਸਾਨੂੰ ਮਾਣ ਹੁੰਦਾ ਉਹਦੇ ਨਾਂ 'ਤੇ ਸਾਡੇ ਪਿੰਡ ਦਾ ਨਾਮ ਬਹੁਤ ਮਸ਼ਹੂਰ ਹੋ ਗਿਆ ਅਤੇ ਸਾਨੂੰ ਹਰ ਇੱਕ ਚੀਜ਼ 'ਤੇ ਉਹਨਾਂ 'ਤੇ ਮਾਣ ਆ ਅਤੇ ਉਹਨਾਂ ਨੇ ਜਿੰਨਾ ਵੀ ਹਾਲੇ ਤਾਈਂ ਸ਼ੋਅ ਕੀਤੇ ਆ ਹਮੇਸ਼ਾ ਹੀ ਫੁੱਲ ਹੋਏ ਆ ਹਮੇਸ਼ਾ ਸਾਡੇ ਸਾਰੇ ਯਾਰ ਦੋਸਤ ਵੀ ਸਾਨੂੰ ਵਧਾਈਆਂ ਦਿੰਦੇ ਆ ਜਦੋਂ ਉਹਨਾਂ ਦਾ ਸ਼ੋਅ ਦੇਖ ਕੇ ਆਉਂਦੇ ਆ ਅਤੇ ਸਾਡੇ ਲਈ ਇੱਦੂ ਵੱਡੀ ਕੋਈ ਮਾਣ ਵਾਲੀ ਗੱਲ ਹੈ ਨਹੀਂ ਬਹੁਤ ਅਸੀਂ ਤਾਂ ਫੁੱਲੇ ਨਹੀਂ ਸਮਾਉਂਦੇ ਹਾਂਜੀ ਅੱਛਾ ਤੁਸੀਂ ਬੜੀ ਹਾਂਜੀ ਅਸੀਂ ਚਾਹੁੰਦੇ ਕਿ ਪਰਮਾਤਮਾ ਹੋਰ ਉਹਨੂੰ ਤਰੱਕੀ ਬਖਸ਼ੇ ਅਤੇ ਸਾਡੇ ਪਿੰਡ ਦਾ ਨਾਂ ਹੋਰ ਉੱਚਾ ਹੋਵੇ ਪਰਮਜੀਤ ਜੀ ਤੁਸੀਂ ਦੱਸ ਰਹੇ ਸੀਗੇ ਬੜੀ ਸੋਹਣੀ ਗੱਲ ਤੁਸੀਂ ਕਿਤੇ ਸੀਗੇ ਤੁਸੀਂ ਕਿਤੇ ਜਾਂਦੇ ਹੋਏ ਹੋ ਅਤੇ ਤੁਹਾਡੇ ਨਾਮ ਦੇ ਮਗਰ ਜਦੋਂ ਲੋਕ ਦਸਾਂਝ ਪੜ੍ਹਦੇ ਆ ਤਾਂ ਉਹ ਬਦੋ ਬਦੀ ਕਨੈਕਟ ਕਰਦੇ ਆ ਜੀ ਉਹ ਕਿੱਸਾ ਕੀ ਹੈਗਾ ਜੀ ਉਹ ਕਿੱਸਾ ਇੱਦਾਂ ਹੈ ਜੀ ਕਿ ਮੈਂ ਕੋਵਿਡ ਮੌਕੇ ਅਮੈਰੀਕਾ ਨੂੰ ਗਿਆ ਸੀ ਅਤੇ ਉਦੋਂ ਚਾਰਟਰ ਪਲੇਨ ਨਾਲ ਜਾਣਾ ਪਿਆ ਸੀ ਅਤੇ ਉਸ ਮੌਕੇ ਇਮੀਗ੍ਰੇਸ਼ਨ ਜੋ ਸੀ ਉਹ
एम्बसी वाले ने की सी अमेरिकन एम्बसी वाले ने तो जो मेरा पासपोर्ट देखा तो उन्होंने कहा कि वह दसांझ पढ़ के तो वह कह लग पाया दलजीत दसांझ दलजीत दसांझ तो मैं भी हस के उन्होंने आख्या कि वह मेरा भतीजा आ ते गोरे सी के जड़े अगे सामने हाँ जी ये गोरे सी एम्बसी वाले तो दलजीत बहुत पॉपुलर हो चुका ते मेरा ख्याल है कि उन्हों दुनिया में बहुत पॉपुलरिटी हो चुकी है ते उदे नाल नाल साढ़े पिंड की भी पॉपुलरिटी हो गई है ते पिंड वाले सारे बहुत माण है उन्होंने। रेशम जी तुही मैं बेच ही आया तुसी दस रहे हैं कि उन्हां दे फादर साहब नाल अक्सर तो व्हाट्सएप ते कोई चीज़ भेज देंदे हैगे उन्हां दा स्टेटस भी दिखा रहे थे वीडियो जिद्दां दे भी कदे भी फिल्म कोई हुंदी उन्हां कोल वो मैनूं पाउंदे हैगे आ तां बड़ा देख के मन खुश हुंदा तां वी सानूं बैठे बिठाए नूं घर भेज देंदे हरेक खबर फिर असीं इत्थे सरियाले जांदे हुंदे आ इक वेट लिफ्ट टूरनामेंट हुंदा तां उत्थे ओह नाल साडे जरूर जांदे परमजीत भी नाल जांदा ਤਾਂ ਮੈਨੂੰ ਵੀ ਸਨਮਾਨ ਕਰਦੇ ਮੈਂ ਵੀ ਇੰਡੀਆ ਦੀ ਨੈਸ਼ਨਲ ਚੈਂਪੀਅਨਸ਼ਿਪ 3 ਵਾਰੀ ਜਿੱਤਿਆ ਤਾਂ ਜਿਹੜਾ ਦਲਜੀਤ ਦਸਾਂਝ ਹੈ ਇਹਦੇ ਨਾਨਕੇ ਵੀ ਬਿਲ ਗਏ ਆ ਤਾਂ ਮੈਂ ਬਿਲ ਕੇ ਪਿਆ ਤਾਂ ਉਹਨਾਂ ਦੇ ਘਰਾਂ ਵਿੱਚੋਂ ਜਿਹੜੀ ਹੈਗੀ ਆਪਣੇ ਮੇਰੀ ਵਾਈਫ ਆ ਤਾਂ ਉਹਦੀ ਮਦਰ ਆ ਤਾਂ ਇੱਕ ਦੂਜੇ ਨੂੰ ਜਾਣਦੀਆਂ 300 ਉੱਤੇ ਵੀ ਆਉਂਦੀਆਂ ਹੈਗੀਆਂ ਇਕੱਠੇ ਤਾਂ ਕਾਫੀ ਮਾਣ ਆ ਜਿੱਦਾਂ ਕਿ ਆਪਣੇ ਜਿਹੜਾ ਸੋਢੀ ਆ ਉਹਦਾ ਮਾਮਾ ਉਹ ਆਪਣੇ ਦਵਿੰਦਰ ਜੀ ਉਹ ਵੀ ਪ੍ਰੋਗਰਾਮ ਧਾਰਮਿਕ ਪ੍ਰੋਗਰਾਮ ਕਰਦਾ ਇੰਗਲੈਂਡ ਵੀ ਜਾ ਕੇ ਗੁਰਦੁਆਰਿਆਂ 'ਚ ਕਰਦਾ ਤਾਂ ਬਹੁਤ ਮਾਣ ਆ ਜਿੱਦਾਂ ਕਿ ਜਿਹੜੇ ਜਿਹਦੇ ਵੀ ਕਿਤੇ ਜਾਈਏ ਤਾਂ ਜੋ ਦਸਾਂਝ ਕਹੀਦਾ ਤਾਂ ਹੈਗਾ ਤਾਂ ਉਹ ਸਾਰੇ ਗੋਰੇ ਵੀ ਤਾਂ ਗੁਜਰਾਤੀ ਵੀ ਉਹ ਵੀ ਕਹਿੰਦੇ ਹੈਗੇ ਕਿ ਸਾਨੂੰ ਕਰਦੇ ਵੀ ਦਸਾਂਝ ਆ ਗਿਆ ਵੈਰੀ ਵੈਰੀ ਪ੍ਰਾਊਡ ਆਫ ਹਿਮ ਜਿੱਦਾਂ ਕਿ ਹੋਰ ਕੀ ਕਹਿ ਸਕਦੇ ਕਿ ਗੁਜਰਾਤੀ ਤੁਸੀਂ ਗੁਜਰਾਤੀਆਂ ਨੇ ਕਦੀ ਇੱਦਾਂ ਉਹ ਵੀ ਮਤਲਬ ਤੁਸੀਂ ਕਹਿਣਾ ਗੁਜਰਾਤੀ ਜਾਣਦੇ ਤਾਂ ਦਸਾਂਝ ਤੁਹਾਡੇ ਨਾਮ ਮਗਰ ਜਿਵੇਂ ਲੱਗਦਾ ਹੈਗਾ ਗੁਜਰਾਤੀ ਕਹਿੰਦੇ ਜਦੋਂ ਦਲਜੀਤ ਦਸਾਂਝ ਸਾਡੀ ਜਦੋਂ ਦੁਆ ਲੈਣੀ ਤਾਂ ਪਾਰਟੀ ਦਾ ਦਸਾਂਝ ਲਿਖਿਆ ਹੁੰਦਾ ਉਹ ਕਹਿੰਦਾ ਉਹ ਦਲਜੀਤ ਦਸਾਂਝ ਆ ਗਿਆ ਦੱਸ ਗਿਆ ਵੈਰੀ ਪ੍ਰਾਊਡ ਪ੍ਰਾਊਡ ਆ ਉੱਤੇ ਜਿੱਦਾਂ ਕਿ ਤੁਸੀਂ ਫਾਦਰ ਸਾਹਿਬ ਦਾ ਜ਼ਿਕਰ ਕੀਤਾ ਅਸੀਂ ਅਕਸਰ ਸਾਨੂੰ ਅਸੀਂ ਸਾਨੂੰ ਦੱਸਿਆ ਜਾਂਦਾ ਹੈਗਾ ਕਿ ਇੱਕ ਪਿਓ ਨੂੰ ਬੜਾ ਮਾਣ ਹੁੰਦਾ ਹੈਗਾ ਇੱਕ ਪਿਓ ਨੂੰ ਬੜਾ ਹੀ ਮਾਣ ਹੁੰਦਾ ਹੈਗਾ ਜਦੋਂ ਉਹਨਾਂ ਦਾ ਪੁੱਤਰ ਉਹਨਾਂ ਦਾ ਸਪੁੱਤਰ ਉਹਨਾਂ ਤੋਂ ਉੱਚਾ ਨਾਮ ਕਰਦਾ ਹੈਗਾ ਹੈ ਨਾ ਅਤੇ ਤੁਹਾਡੇ ਨਾਲ ਜਦੋਂ ਬੈਠਦੇ ਉੱਠਦੇ ਹੈਗੇ ਤਾਂ ਉਹਨਾਂ ਦੀਆਂ ਅੱਖਾਂ 'ਚੋਂ ਝਲਕ ਮਿਲਦੀ ਹੈਗੀ ਕਿ ਹਾਂ ਆ ਆਪਣੇ ਕਿਤੇ ਵੀ ਇਕੱਠੇ ਹੁੰਦੇ ਹੈਗੇ ਹਾਂ ਤਾਂ ਉਹਨੂੰ ਬਹੁਤ ਮਾਣ ਮਿਲਦਾ ਦਲਜੀਤ ਦਸਾਂਝ ਦੇ ਪਿਤਾ ਹੋਣ ਦਾ ਤਾਂ ਹੁਣ ਜਦੋਂ ਉਹ ਕਿਤੇ ਫੰਕਸ਼ਨ 'ਤੇ ਜਾਂਦੇ ਹਾਂ ਤਾਂ ਉਹਨੂੰ ਸਾਰੇ ਉੱਠ ਕੇ ਖੜ੍ਹੇ ਹੋ ਕੇ ਸਲਾਮ ਕਰਦੇ ਹੈਗੇ ਆ ਤਾਂ ਬਹੁਤ ਮਾਣ ਹੁੰਦਾ ਤਾਂ ਨਾਲੇ ਤਾਂ ਸਾਡੇ ਤਾਂ ਹੈਗੇ ਵੀ ਨੇਬਰ ਸੀ ਇੱਥੇ ਆ ਸਾਰੇ ਅਸੀਂ ਨੇਬਰ ਸੀ ਹਾਂ ਪਰ ਉਹਦਾ ਜਿਹੜਾ ਹੈਗਾ ਬਚਪਨਾ ਤਾਂ ਅਸੀਂ ਦੇਖਿਆ ਵੀ ਹੈ ਨਹੀਂ ਕਿ ਅਸੀਂ ਚਿਰ ਦੇ ਬਾਹਰ ਗਏ ਸੀਗੇ ਤਾਂ ਤੁਹਾਡਾ ਤਾਂ ਸਰ ਤੁਹਾਡਾ ਤਾਂ ਨਾਮ ਹੀ ਦਲਜੀਤ ਦਸਾਂਝ ਆ ਤੁਹਾਨੂੰ ਤਾਂ ਬੜਾ ਅਲੱਗ ਹੀ ਟ੍ਰੀਟਮੈਂਟ ਮਿਲਦਾ ਹੋਏਗਾ ਚਿਰ ਦੇ ਜਾਣਦੇ ਆ ਉੱਦਾਂ ਤਾਂ ਕਿਉਂਕਿ ਉਹਦਾ ਨਾਂ ਦਿਲਜੀਤ ਆ ਸਾਡਾ ਨਾਂ ਦਲਜੀਤ ਆ ਅਤੇ ਉੱਦਾਂ ਮੈਂ ਉਹਨੂੰ ਮਿਲਿਆ ਵੀ ਹੈਗਾ ਸਿਡਨੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਸਰਦਾਰ ਜੀ 2 ਅਤੇ ਉਹਨਾਂ ਗੱਲਬਾਤ ਕੀਤੀ ਬੜਾ ਗਰਾਊਂਡ ਲੈਵਲ 'ਤੇ ਬੰਦਾ ਹੈਗਾ ਸਰ ਮਿਲ ਕਿਹਾ ਕਿ ਗਰਾਊਂਡਡ ਨੇ ਬਹੁਤ ਜ਼ਿਆਦਾ ਅਕਸਰ ਬਾਹਰ ਲੋਕਾਂ ਦੇ ਵਿੱਚ ਇੱਕ ਇਮੇਜ ਕ੍ਰੀਏਟ ਹੁੰਦੀ ਕਿ ਬੰਦਾ ਸਟਾਰ ਬਣ ਗਿਆ ਬੰਦਾ ਸੈਲੈਬ੍ਰਿਟੀ ਹੋ ਗਿਆ ਹੁਣ ਜਦੋਂ ਪਿੰਡ 'ਚੋਂ ਆਉਂਦੇ ਹੈਗੇ ਤੁਸੀਂ ਦੱਸ ਰਹੇ ਸੀਗੇ ਕਿ ਉਹ ਨਾਲਦਿਆਂ ਦੇ ਘਰੇ ਵੀ ਜਾਂਦੇ ਆ ਤੁਹਾਨੂੰ ਵੀ ਸਿਡਨੀ ਦੇ ਵਿੱਚੋਂ ਮਿਲੇ ਹੈ ਨਾ ਅਤੇ ਕਿੱਦਾਂ ਦਾ ਜੀ ਉਹ ਆਪਸ ਦੇ ਵਿੱਚ ਕੀ ਗੱਲਬਾਤ ਹੁੰਦੀ ਕਿੱਦਾਂ ਦਾ ਰਾਬਤਾ ਹੁੰਦਾ ਜੀ ਉਹ ਨਹੀਂ ਡਾਊਨ ਟੂ ਬੰਦਾ ਹੈਗਾ ਆ ਸਾਰਿਆਂ ਨਾਲ ਖੁਸ਼ ਖੁਸ਼ੀ ਨਾਲ ਮਿਲਦਾ ਅਤੇ ਇੱਕ ਸ਼ੁਕਰ ਵਾਲੀ ਗੱਲ ਹੋਰ ਵੀ ਆ ਸਾਡੇ ਉੱਥੇ ਇੰਗਲੈਂਡ ਦੇ ਵਿੱਚ ਰੇਡੀਓ ਸ਼ੋਅ ਚੱਲਦਾ ਸੀਗਾ ਅਤੇ ਵੈਸੇ ਮੈਂ ਫੋਨ ਕੀਤਾ ਉਹਨਾਂ ਨੂੰ ਅਤੇ ਮੈਨੂੰ ਕਹਿੰਦੇ ਤੁਹਾਡਾ ਨਾਂ ਕੀ ਆ ਮੈਂ ਕਿਹਾ ਦਲਜੀਤ ਦਸਾਂਝ ਆ ਬੜੇ ਹੈਰਾਨ ਹੋ ਗਏ ਤਾਂ ਮੈਨੂੰ ਇਨਸਿਸਟ ਕਰਨ ਤੂੰ ਗਾਣਾ ਗਾ ਮੈਂ ਕਿਹਾ ਮੈਂ ਦਲਜੀਤ ਨਹੀਂ ਦਲਜੀਤ ਹਾਂ ਅਤੇ ਵੈਰੀ ਨਾਈਸ ਸੀਗਾ ਅੱਛਾ ਬਹੁਤ ਬਹੁਤ ਸ਼ੁਕਰੀਆ ਸਰ ਮੈਂ ਇੰਨਾ ਕੀ ਸਮਾਂ ਲੈਣਾ ਸੀਗਾ ਤੁਹਾਡਾ ਔਰ ਬੜਾ ਚੰਗਾ ਲੱਗਾ ਕਿ ਤੁਸੀਂ ਕਿਹਾ ਕਿ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਨੇ ਹੁਣ ਜਿਨ੍ਹਾਂ ਨੇ ਅਲੱਗ ਲੈਵਲ 'ਤੇ ਜਾ ਕੇ ਉਹਦੇ ਲਈ ਨੈਗੇਟਿਵਿਟੀ ਕਰਨੀ ਉਹ ਕਰਦੇ ਹੀ ਹੈਗੇ ਆ ਹੁਣ ਕਈ ਲੋਕਾਂ ਨੇ ਹੁਣ ਜਿਵੇਂ ਅੰਬਾਨੀ ਸਾਹਿਬ ਦੇ ਬੇਟੇ ਦੇ ਵਿਆਹ 'ਤੇ ਉਹ ਗਏ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਦੀਆਂ ਵੀਡੀਓਜ਼ ਆਈਆਂ ਔਰ
उच्च उच्च कोटि जिथे हॉलीवुड के कलाकार गा रहे उत्थे आ के दलजीत ने उत्थे पूरा समा बन्या हैगा। कचैला अपने बच्चों कहंदे ही होणगे कि यार ओदे वर्गे बनो ओदी तरह तुसी मेहनत करो। ख्याल है कि हर बच्चा ही चाहुंदा ओदे वांगू बणिया। मापिया नूं तां नहीं मेरा ख्याल कहण दी लोड़ पैंदी। तुहाडे जिहड़ा पिंड दे विच कोई भी वधिया बंदा आ ते बच्चे आपे उहनूं फॉलो करदे, रोल मॉडल बन जांदा। हर एक दी फिर ड्रीम हुंदा कि मैं भी इदां दा बणा, पापूलर होवां। ते इह मैं तां कहणा सी। बहुत बहुत शुक्रिया दलजीत जी, रेशम जी, ते परमजीत जी, महेंद्र जी, बहुत बहुत शुक्रिया तुसीं वक्त दिता। और अही यही गल्लां पुछनियां हैगियां दलजीत बारे। शुक्रिया। मैं कहिंदा मैं तुहानूं देखिया अही जो दोवें वेखण आए हां, तिन्नों वेखण आए हां, उह तां दलजीत दा घर है। मैं वेख रहा सी, फोटो खिंच रहे सी तुसीं। मैं उहदे घर दी सिखा इहदा। इत्थों दे रहिण वाले हो? नहीं, मैं भाई नूर महल दे कोल पिंड, मेरा पिंड पंडाल बूटा। हांजी, तां मैं देखण आया सी, मेरे मामा जी आ ते मैं देखण आया सी इहनां दे ਵੀ ਲੈਜੈਂਡ ਹੈ ਵੀ ਬੰਦਾ। ਬਾਹਰੋਂ ਆਏ ਹੋ ਤੁਸੀਂ ਕਿੱਥੋਂ? ਹਾਂਜੀ, ਮੈਂ ਫਰਾਂਸ ਤੋਂ ਆਇਆ ਭਾਈ। ਫਰਾਂਸ ਤੋਂ ਆਏ ਹੋ? ਹਾਂਜੀ। ਅੱਛਾ, ਤੇ ਤੁਹਾਡੇ ਮਾਮਾ ਜੀ ਬੈਠੇ ਨਾਲ? ਹਾਂਜੀ, ਇਹ ਮੇਰੇ ਮਾਮਾ ਜੀ ਕਿਤੇ ਜਲੰਧਰ ਰਹਿੰਦੇ ਨੂਰ ਮਹਿਲ? ਇੱਥੇ ਤਾਂ ਸਾਂਝ ਗੱਲਾਂ ਦਾ ਦਸਾਂਝ ਸਾਂਝ ਗੱਲਾਂ। ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ? ਹਾਂਜੀ। ਅੱਛਾ ਅੱਛਾ, ਤਾਂ ਤੁਸੀਂ ਆਪਣੇ ਭਾਣਜੇ ਨੂੰ ਇੱਥੇ ਆਹ ਦਿਖਾਉਣ ਆਏ ਹੋ ਕਿ ਇਹ ਦਲਜੀਤ ਦਾ ਪੁਰਾਣਾ ਘਰ ਹੈ? ਜੋ ਕਾਲ ਕਰਦੇ ਨੇ ਪੁੱਛਦੇ ਰਹਿੰਦੇ ਆ ਕਿ ਦਲਜੀਤ ਨੂੰ ਤੂੰ ਮਿਲਾ ਸਕਦਾ? ਮੈਂ ਮਿਲਾ ਤਾਂ ਨਹੀਂ ਸਕਦਾ, ਤੁਹਾਨੂੰ ਘਰ ਦਿਖਾ ਦਾਂਗਾ ਹਨਾ। ਅੱਛਾ, ਮਿਲਾ ਨਹੀਂ ਸਕਦਾ, ਘਰ ਦਿਖਾ ਦਾਂਗਾ। ਇਹਦੇ 'ਚ ਸੰਤੁਸ਼ਟੀ ਹੈਗੀ ਘਰ ਵੇਖਣ 'ਚ? ਹਾਂਜੀ, ਵਧੀਆ। ਫਿਰ ਮੈਂ ਫੈਨ ਹਾਂ ਇਹਨਾਂ ਦੇ, ਗਾਣੇ ਸੁਣਦੇ ਹਾਂ, ਵਧੀਆ, ਬਹੁਤ ਵਧੀਆ ਇਹਨਾਂ ਦੀ ਜਾਣ ਕੇ ਕਹਿ ਦਿਓ ਕਿ ਪਹਿਲੇ ਦਿਨ ਤੋਂ ਹੀ ਫੈਨ ਆ। ਤਾਂ ਹੁਣ ਤੁਹਾਡੇ ਲਈ ਇਹ ਵੀ ਬਹੁਤ ਹੈਗਾ ਨਾ ਕਿ ਜੇ ਤੁਸੀਂ ਭਾਰਤ ਆਏ ਹੋ, ਪੰਜਾਬ ਆਏ ਹੋ ਖਾਸ ਤੌਰ 'ਤੇ, ਅਤੇ ਤੁਸੀਂ ਜੇ ਦਲਜੀਤ ਦਾ ਘਰ ਵੀ ਵੇਖ ਲਿਆ, ਤੁਸੀਂ ਉਹਦੇ 'ਚ ਵੀ ਰਾਜ਼ੀ ਖੁਸ਼ੀ ਹੋ? ਹਾਂਜੀ, ਵਧੀਆ। ਮੈਂ ਮੈਲ ਤਾਂ ਹੋ ਜਾਣਾ, ਕੋਈ ਨਹੀਂ, ਕਦੀ ਬਾਹਰ ਮੈਲ ਹੋ ਜੂ, ਕਿਤੇ ਮੈਲ ਹੋ ਜਾਣਾ ਇਹਨਾਂ ਨਾਲ, ਕੋਈ ਚੱਕਰ ਨਹੀਂ ਇੱਦਾਂ ਦਾ। ਕਿਉਂਕਿ ਇਹ ਨਾ ਏ ਸੀ ਪਿੰਡ ਦੇ ਆ, ਜਿੱਦਾਂ ਫਿਰ ਸ਼ਾਇਦ ਨੈਕਸਟ ਟਾਈਮ ਜਦੋਂ ਇਹ ਆਉਣਗੇ ਉਦੋਂ ਆ ਜਾਵਾਂਗੇ। ਨਹੀਂ, ਅਸੀਂ ਤਾਂ ਬਚਪਨ ਵਿੱਚ ਦੇਖਿਆ ਭਾਜੀ ਨੂੰ, ਮੇਰੀ ਏਜ ਦੇ ਆਣੀ ਪੈਣੀ ਆ, ਅਤੇ ਉਹ ਤਾਂ ਸਾਨੂੰ ਨਹੀਂ ਪਛਾਣਿਆ ਸੀ, ਉਹਨਾਂ ਨੂੰ ਜਾਣਦੇ ਚੰਗੀ ਤਰ੍ਹਾਂ, ਆਉਂਦੇ ਹੁੰਦੇ ਪਿੰਡ, ਇੱਦਾਂ ਦੀ ਗੱਲ ਨਹੀਂ ਕੋਈ, ਜੋ ਪਿੱਛੇ ਲਵਲੀ ਸ਼ੋਅ ਸੀ ਉਦੋਂ ਆ ਕੇ ਗਏ ਸੀ। ਹਾਂਜੀ ਹਾਂਜੀ, ਖਿੱਚ ਲਈ ਫੋਟੋ ਤੁਸੀਂ? ਮੈਂ ਬਣਾਈ, ਬਣਾਉਣੀ ਸੀਗੀ ਹਲੇ, ਸਨੈਪਚੈਟ। ਸਨੈਪਚੈਟ ਬਣਾ ਰਹੇ? ਚਲੋ ਬਣਾਓ। ਫਰਾਂਸ 'ਚ ਕੀ ਕੰਮ ਕਰਦੇ ਤੁਸੀਂ? ਮੈਂ ਭਾਜੀ ਇਲੈਕਟ੍ਰੀਸ਼ੀਅਨ। ਦਿਖਾਣਾ ਚਾਹੁੰਦੇ ਆ ਕਿ ਚੰਗਾ ਵੀਰੇ, ਓਕੇ ਇਹ ਮੁੰਡਾ ਫਰਾਂਸ ਤੋਂ ਆਇਆ, ਫਰਾਂਸ ਦੇ ਵਿੱਚ ਇਲੈਕਟ੍ਰੀਸ਼ਨ ਹੈ, ਅਤੇ ਕਹਿੰਦੇ ਕਿ ਓਕੇ ਜੀ ਓਕੇ, ਅਤੇ ਕਹਿੰਦੇ ਕਿ ਅਸੀਂ ਦਲਜੀਤ ਨੂੰ ਤਾਂ ਨਹੀਂ ਮਿਲ ਸਕੇ, ਲੇਕਿਨ ਸੋਚਿਆ ਕਿ ਕਿਉਂ ਨਾ ਅਸੀਂ ਦਲਜੀਤ ਦੀ ਜੋ ਪੁਰਾਣੀ ਰਿਹਾਇਸ਼ ਹੈ ਉਹੀ ਵੇਖ ਲਈਏ। ਉਹਦੇ ਪੁਰਾਣੀ ਰਿਹਾਇਸ਼ ਹੈ, ਕੁਝ ਪੁਰਾਣੇ ਬਜ਼ੁਰਗ ਵੀ ਬਾਹਰ ਬੈਠੇ, ਇਹਨਾਂ ਨਾਲ ਕੋਸ਼ਿਸ਼ ਕਰਦੇ ਗੱਲ ਕਰਨ ਦੀ, ਹਾਲਾਂਕਿ ਪੁਰਾਣੇ ਬਜ਼ੁਰਗ ਥੋੜ੍ਹਾ ਜਿਹਾ ਗੁਰੇਜ਼ ਕਰਦੇ, ਗੱਲ ਘੱਟ ਕਰਦੇ ਆ। ਅਸੀਂ ਕੋਸ਼ਿਸ਼ ਪਹਿਲਾਂ ਵੀ ਕੀਤੀ ਵੈਸੇ ਗੱਲ ਕਰਨ ਦੀ। ਬਾਪੂ ਜੀ, ਹੁਣੇ ਅਸੀਂ ਦੇਖਿਆ ਮੁੰਡਾ ਗੱਡੀ 'ਚ ਆਇਆ, ਬਾਹਰੋਂ ਫਰਾਂਸ ਤੋਂ ਆਇਆ ਸੀ ਮੁੰਡਾ, ਫੋਰਚੂਨਰ ਵਾਲਾ, ਅਤੇ ਕਹਿੰਦਾ ਮੇਰੇ ਮਾਮਾ ਜੀ ਇੱਥੇ ਦਸਾਂਝ ਪਿੰਡ ਹੀ ਰਹਿੰਦੇ ਆ, ਅਤੇ ਫੋਨ 'ਤੇ ਵੀਡੀਓ ਬਣਾ ਰਿਹਾ ਸੀ ਘਰ ਦੀ, ਜਿਹੜੇ ਘਰ ਦੇ ਬਾਹਰ ਤੁਸੀਂ ਬੈਠੇ ਹੋਏ ਹੋ, ਦਲਜੀਤ ਦਾ ਘਰ ਹੈ। ਲੋਕ ਬੜੀ ਦੂਰੋਂ ਦੂਰੋਂ ਆ ਕੇ ਫਿਰ ਇਹੀ ਸਾਰੀਆਂ ਚੀਜ਼ਾਂ ਵੀਡੀਓ ਨਾਲ। ਤਾਂ ਮੁੰਡਾ ਤਾਂ ਸਾਡੇ ਪਿੰਡ ਦਾ ਸੀ, ਸਾਡੇ ਪਿੰਡ ਦਾ ਸੀ।
बजुर्ग जिन्हें भी साडे हैगे दलजीत नूं किस तरीके दे नाल लैंदे हो तुसीं? दलजीत ने पूरी दुनिया दा वी धूमा मचा चंगा इत्थे पढ़िया पहला पढ़ता रहा ए स्कूले पढ़ता इतने रोड़ी का स्कूल होंगे जी पढ़िया के पांचवी छेवीं से पढ़िया पेट अही लगा रहा वधिया इदा पढ़िया बहुत वधिया बहना नहीं उठना नहीं यानी कि न्याणा हुंदा निकल गया है बहुत वधिया मतलब पूरा साडे बब्बी रख रहा बब्बी ने पढ़ते मेरे मुंडे ने उन्हें पढ़ता जी रोड़ी का स्कूल हों दसदे फिर तुहाडे बब्बी जिन्हां दा नाम लै रहे हो दसदे दलजीत बारे हुण बब्बी गांधा सिंह कहिंदा मैनूं पता हुण हुण तां चेते हुण हाले वी पर मैनूं पता उहनां पढ़दा सही आ इह किन्नां दा मकान है किहदा दलजीत दसांझ दा हज़रात मैं तुहाडा अपना कासद लंकेश त्रिखा साडी टीम बहुत मेहनत करदी है तुहाडे लई रिसर्च फैक्ट्स ते डीप एनालिसिस बेस्ड वीडियो कंटेंट तैयार करन दे लई बड़ी खुशी दी गल होएगी जे तुसी साडे चैनल नूं यूट्यूब ते सबसक्राइब करो ते नाल दी नाल बैल आइकन नूं दबा दिओ ते जे इह वीडियो तुसी फेसबुक ते देख रहे हो तां जरूर साडे पेज नूं लाइक करो ते फॉलो करो ते जे तुसी साडे चैनल नूं वट्सएप ते फॉलो करना चाहते हो तो अपना वट्सएप खोलो उत्थे अपडेट्स च जाओ साडे चैनल एड्रैस इट्स नूं उत्थे सर्च करो ते साडे चैनल नूं उत्थे तुसी ऐड ऑन कर सकते हो।